ਦਾ ਜਿਹੜਾ ਨੇਮ ਹੈ ਨਾ ਇਹ ਦੱਸਿਆ ਕਿ ਪਹਿਲੋ ਸਹਿਜ ਸਮਾਧ ਲਾਉਣੀ ਹੈ ਸੁਰਤ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਭਾਵੇਂ ਫੋਟੋ ਵੀ ਰੱਖ ਲਓ ਆਸਣ ਲਾ ਲਓ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੋਣ ਜੇ ਆਸਣ ਲੱਗਿਆ ਹੋਵੇ ਗੁਰੂ ਸਾਹਿਬ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਹੋਵੇ ਉਸ ਸਮੇਂ ਜਿਹੜਾ ਨਿਤਨੇਮ ਕਰਨਾ ਨਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੂੰ ਹਾਜ਼ਰ ਹਜ਼ੂਰ ਸਮਝ ਕੇ ਕਰਨਾ ਅਤੇ ਜਪਣਾ ਕੀ ਹੈ ਜਾਂ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਦੀ ਬਾਣੀ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਯੁਨੀ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਬਹੁਤ ਜ਼ਰੂਰੀ ਹੈ ਧਿਆਨ ਨਾਲ ਸ਼ਬਦ ਸੁਰਤ ਨਾਲ ਮੇਲ ਕਰਕੇ ਨਾ ਚਰਨਾਂ ਦਾ ਧਿਆਨ ਧਰ ਕੇ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੀ ਮੂਰਤ ਨੂੰ ਧਿਆਨ 'ਚ ਲਿਆਉਣਾ ਇਹ ਧਿਆਨ ਧਰਨ ਵਾਸਤੇ ਬਾਬਾ ਆਨੰਦ ਸਿੰਘ ਜੀ ਵੀ ਕਹਿੰਦੇ ਸੀ ਬਾਬਾ ਖੇਮ ਸਿੰਘ ਜੀ ਮਹਾਰਾਜ ਵੀ ਕਹਿੰਦੇ ਸੀ ਬਾਬਾ ਕੁੰਦਨ ਸਿੰਘ ਜੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰ ਕੇ ਮੂਲ ਮੰਤਰ ਦਾ ਜਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਅੰਮ੍ਰਿਤ ਵੇਲੇ ਅਤੇ ਬਹੁਤ ਗਿਆਨ ਹੋਏਗਾ ਅੰਦਰ ਦੇ ਬਹੁਤ ਹਨੇਰੇ ਦੂਰ ਹੋਣਗੇ ਇਹ ਰੱਬ ਦੀ ਜੋਤ ਦੇ ਨਾਲ ਸਾਂਝ ਪਾਉਣੀ ਹੈ ਕਈ ਲੋਕ ਜੋਤ ਦਾ ਧਿਆਨ ਕਹਿੰਦੇ ਜੋਤ ਦਾ ਧਿਆਨ ਧਰੋ ਕਈ ਕਹਿੰਦੇ ਪ੍ਰਕਾਸ਼ ਦਾ ਧਿਆਨ ਧਰੋ ਅਲੱਗ ਅਲੱਗ ਕਈਆਂ ਨੇ ਆਖਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਸਾਂ ਗੁਰੂਆਂ ਨੇ ਆਖਿਆ ਹੈ ਕਿ ਧਿਆਨ ਗੁਰੂ ਦਾ ਹੀ ਧਰੋ ਆਖੋ ਸ੍ਰੀ ਵਾਹਿਗੁਰੂ ਮਨ ਵਿੱਚ ਧਰ ਲਓ ਧਿਆਨ ਗੁਰਾਂ ਦੀ ਮੂਰਤ ਮਨ ਵਿੱਚ ਧਰ ਲਓ ਧਿਆਨ ਗੁਰਾਂ ਦੀ ਬਾਣੀ ਦਾ ਧਰ ਲੋ ਧਿਆਨ ਗੁਰਾਂ ਦੀ ਬਾਣੀ ਦਾ ਮਨ ਵਿੱਚ ਧਰ ਲੋ ਜਪ ਲੋ ਗੁਰਾਂ ਦੀ ਬਾਣੀ ਦਾ ਗੁਰਾਂ ਦੀ ਮੂਰਤ ਮਨ ਵਿੱਚ ਕਰ ਲੋ ਜਾਪ ਗੁਰਾਂ ਦੀ ਉਹ ਮਨ ਵਿੱਚ ਧਰ ਲੋ ਧਿਆਨ ਗੁਰਾਂ ਦੀ ਮੂਰਤ ਦਾ ਮਨ ਵਿੱਚ ਕਰ ਲੋ ਧਿਆਨ ਗੁਰਾਂ ਦੀ ਬਾਣੀ ਦਾ ਮਨ ਵਿੱਚ ਕਰ ਲੋ ਧਿਆਨ ਗੁਰਾਂ ਦੀ ਮਨ ਵਿੱਚ ਕਰ ਲੋ ਜਾਪ ਗੁਰਾਂ ਦੀ ਬਾਣੀ ਦਾ ਮੂਰਤ ਦਾ ਮਨ ਵਿੱਚ ਧਰ ਲੋ ਗੁਰਾਂ ਦੀ ਬਾਣੀ